जी सत श्री अकाल जी, सारे नु की हाल चाल है जी। ताड़ा सारे का बहुत बहुत स्वागत है अपने यूट्यूब चैनल जिमीदार ब्लॉग्स के उत्ते। तो आ जाओ करते हैं अज का नवा ब्लॉग शुरू। तो ब्लॉग शुरू करन तो पहला चैनल नु कर दियो सबसक्राइब, वीडियो नु कर दियो लाइक, शेयर कर दिया करो तो अपने चैनल की करो सपोर्ट। आ भी करती है सैट अज ते नवियां पातियां नूं परांदियां जी, धो धू के सवार के खिलो खिलार दी कड़ते रहे भी चंड पूरे रख के। सत श्री अकाल जी सारिआं नूं, ते आ जाओ आपां अज चलदे आ मस्सिआ। मस्सिआ दिखा के लिआने तुहानूं लो जी, मस्सिआ काले संगिआं ते आया सरोवर। हाँ जी काले संगिआं मस्सिआ ते इत्थे हरेक मस्सिआ ये हाल हुंदा, भीड़ बहुत हुंदी है। ते अज तां मतलब विश्वकर्मे दा करके थोड़ा बाजारां बजूरां दे विच निगाह रौला ज़्यादा, ते उदां बहुत है हले कम। गुरद्वारा साहब च बहुत भीड़ है। आई ते देखी पापा की करन आया तू, इत्थे कित्थे आया वा हैं? पानी च गया सी भी। ਜਾਦੀ ਪਾਰਟੀ ਆਪਾਂ ਲੈ ਲਈ, ਜਿੰਨੇ ਦੀ ਮਰਜ਼ੀ ਘਟਾ ਲਓ ਜੀ। ਹਾਂਜੀ ਪਾਰਟੀ ਆਪਾਂ ਲੈ ਲਈ ਆ, ਅਤੇ ਹੁਣ ਆਪਾਂ ਇੱਧਰੋਂ ਪ੍ਰਸ਼ਾਦ ਲੈਣਾ ਹੈ। ਠੀਕ ਹੈ ਜੀ, ਭਾਜੀ ਹੁਣੀ ਦੇ ਰਹੇ ਆ ਪ੍ਰਸ਼ਾਦ ਸੇਵਾਦਾਰ, ਨਹੀਂ ਪਾਈ ਜਾਂਦੇ ਆ ਪ੍ਰਸ਼ਾਦ। ਇੱਥੇ ਹੁੰਦਾ ਵਾ ਨਾ ਸਾਰਾ ਕੁਛ। आया मेन गुरद्वारा साहब, तो दरबार च आप मोबाइल लेके नहीं जाना, तुहानू पता है, तो बाहरों बाहरों तुहानू दर्शन करा देना, दैन आप उत्थे बंद कर देना है जाके। दरबार चो बाहर निकल के फिर वीडियो बनाऊंगा, जो हो सके शायद अंदर थोड़ी जी साइड पर होकर बना लेंगे। हाँ जी दरबार के फिर आप नहीं फोन चलाया है ना, अपना सूलिया नहीं चलाते, तो हम आप लंगर हाल पहुँच गए। लंगर हाल मैं तो जाप बैठे पीने चाह, आपां जी लैणे आ जप दे बूट, ते जप गया अंदर मम्मी दे नाल दादी अपनी दे नाल। लो जी आ देख लो की गांडे आ, बंदे ने ना हुणे दुकाने नींबू दे मिर्चां ढंग दित्तियां, पैरियां ला के नवियां ढंग दित्तियां। इहनूं पुछण वाला होवे भी अज तां ही
ਆਪ ਤਾਂ ਤੂੰ ਦੱਸਦਾ ਮੰਗਦਾ ਫਿਰਦਾ ਹਨਾ ਤੇਰੀ ਜੇਬ 'ਚ ਸੀਗੇ ਨਿੰਬੂ ਮਿਰਚਾਂ ਤੇਰਾ ਤਾਂ ਕੋਈ ਸਵਾਰਿਆ ਨਹੀਂ ਆਪ ਤੂੰ ਦੱਸਦਾ ਮੰਗਦਾ ਫਿਰਦਾ ਵਾ ਅਤੇ ਇੱਥੇ ਨਿੰਬੂ ਮਿਰਚਾਂ ਟੰਗੀਆਂ ਦੁਕਾਨਾਂ 'ਤੇ ਵੀ ਉਹਦੇ ਦਾ ਵਧੀਆ ਹੋਊਗਾ ਕਾਰੋਬਾਰ ਉੱਠੇਗਾ ਮੈਂ ਲੋਕਾਂ ਦੇ ਸਾਰੇ ਹਾਂਜੀ ਅਸੀਂ ਪਹੁੰਚ ਗਏ ਮੰਡੀ 'ਤੇ ਆਹ ਭਰਾ ਲੱਗਿਆ ਜੋਖਣ ਇੱਕ ਢੇਰੀ ਆਪਣੀ ਜੋਤੀ ਹੈ ਇੱਕ ਆਹ ਵਾ ਚੈੱਕੀ ਜੋਕੀ ਨਾ ਹਲੇ ਸੋਈ ਸੀਗੀਆਂ ਹਾਂ ਸਾਡਾ ਆੜਤੀ ਆ ਹਾਲੇ ਤਾਂ ਕੁਛ ਨਹੀਂ ਕਹਿਣਾ ਹੁਣ ਇਹਦਾ ਪੋਤਾ ਵੀ ਦੇਖਦਾ ਬਲੌਗ ਆਹ ਸਾਡਾ ਅਨਮੋਲਦੀਪ ਸਿੰਘ ਪਹਿਲੇ ਬਲੌਗ 'ਚ ਆਹ ਬੰਦਾ ਆਇਆ ਸੀ ਪਹਿਲੇ 'ਚ ਆਇਆ ਸੀ ਤਾਂ ਨਾ ਬੋਲੇ ਜਿਹਦੇ ਆਪਾਂ ਕੰਪਿਊਟਰ ਕਰਾ ਮਾਰਦੇ ਲਓ ਜੀ ਆਹ ਵਾ ਮੰਡੀ ਦੇ ਰੰਗ ਭਾਗ ਰਾਤ ਨੂੰ ਉੱਦਾਂ ਇੱਥੇ ਸਾਲਾ ਕਾਮ ਨਹੀਂ ਬੋਲਦਾ ਹੁੰਦਾ ਰਾਤ ਨੂੰ ਦੇਖ ਲਾ ਸੀਜ਼ਨ 'ਤੇ ਕਿੱਦਾਂ ਰੌਣਕਾਂ ਲੱਗੀਆਂ ਝਾੜ ਤੁਹਾਨੂੰ ਮੁੜ ਕੇ ਦੱਸਾਂਗੇ ਇੱਕ ਵਾਰੀ ਨਿਕਲ ਲੈਣ ਦਿਓ ਸਾਰਾ ਹਿਸਾਬ ਕਿਤਾਬ ਹਾਂਜੀ ਗੱਲ ਇੱਦਾਂ ਬਈ ਭਰਤੀ ਤਾਂ ਹੁੰਦੀ ਹੈ ਜੋਖਣ ਦਏ ਅੱਜ ਝੋਨਾ ਆਪਣਾ ਰਾੜਤੀ ਪਖੰਡ ਬੋ ਕਰਦੇ ਆ ਮੋਇਸਚਰ ਨਹੀਂ ਆਇਆ ਆਹ ਨਹੀਂ ਹੋਇਆ ਉਹ ਨਹੀਂ ਹੋਇਆ ਇਹਦੇ 20 ਦਾ ਮੋਇਸਚਰ ਆਈ ਝੋਨੇ ਦਾ ਭੈਣ ਸੁੱਕਾ ਝੋਨਾ ਜਾਣੀ ਕਿ ਭੁੱਜਿਆ ਪਿਆ ਝੋਨਾ ਲੈ ਕੇ ਆਇਆ ਮੈਂ ਫਿਰ ਵੀ ਆਹ ਗੱਲ ਸੁਣਨੀ ਪੈਂਦੀ ਉੱਦਾਂ ਆਮ ਬਾਈ ਹੁਣੀ ਇੱਥੇ ਲੱਗ ਗਏ ਇੱਕ ਹੋਰ ਆ ਉਹਨਾਂ ਦਾ ਕਹਿੰਦੇ ਵੀ 26 ਦਾ ਮੋਇਸਚਰ ਹਾਲੇ 2 ਦਿਨ ਹੋ ਗਏ ਹਾਲੇ ਚੱਕਿਆ ਨਹੀਂ ਉਹਨਾਂ ਦਾ 2-3 ਦਿਨ ਹੋਰ ਇਹਨਾਂ ਨੇ ਸੁਕਾਉਣਾ ਹਾਲੇ ਆ ਚੱਕਰ ਆ ਮੰਡੀਆਂ ਦੇ ਵਿੱਚ ਆਹ ਕੁਛ ਹੀ ਹੈ ਭਾਊ ਵੜਕਾਂ ਵੁੜਕਾਂ ਮਾਰਨ ਵਾਲੀ ਜੱਟ ਜਦੋਂ ਇੱਥੇ ਆ ਕੇ ਬਹਿੰਦੇ ਪਤਾ ਉਦੋਂ ਲੱਗਦਾ ਗੀਤਾਂ ਟਰੈਕਟਰ ਚਲਾਉਣੇ ਸੌਖੇ ਆ ਟਰੈਕਟਰਾਂ ਦੀ ਰੀਲਾਂ ਬਣਾਉਣੀਆਂ ਸੌਖੀਆਂ ਇੱਥੇ ਬਹਿਣਾ ਬਹੁਤ ਔਖਾ ਤਾਂ ਹੀ ਇੱਥੇ ਬੁੜਿਆਂ ਨੂੰ ਪਾਉਂਦੇ ਫਿਰ ਲਿਆ ਕੇ ਮੰਡੀਆਂ ਦੇ ਵਿੱਚ ਬਾਪੂਆਂ ਨੂੰ ਭਾ ਦਿੰਦੇ ਆ ਅਤੇ ਆਪ ਚੌਧਰੀ ਫਿਰ ਟਰੈਕਟਰਾਂ ਦੇ ਗੇੜੇ ਦਿੰਦੇ ਆ ਮੁੜ ਕੇ ਕਹਿੰਦੇ ਲੈ ਵੀ ਜੱਟਾਂ ਦੀ ਲਾਈਫ ਵੀ ਬਹੁਤ ਟੌਪ ਦੀ ਹੈ ਇੱਥੇ ਪਤਾ ਲੱਗਦਾ ਜੱਟਾਂ ਦੀ ਲਾਈਫ ਕਿੱਦਾਂ ਦੀ ਹੈ